ਉਹ ਆ ਕੇ ਮੈਨੂੰ ਕਹਿੰਦਾ ਵੀ ਗੱਡੀ ਨਾ ਲਾਰਮ ਮਾਰਦੀ ਟੂੰ ਟੂੰ ਕਰਦੀ ਤੇ ਮੈਂ ਕਿਹਾ ਵੀ ਚੱਲ ਮੈਂ ਵੇਖ ਲਈ ਨਾ, ਮੈਂ ਚਲਾਈ ਤੇ ਮੈਂ ਆ ਕੇ ਗੱਡੀ ਲੋਕ ਕਰਕੇ ਅੰਦਰ ਚੱਲਿਆ। ਇਹ ਮੁੰਡਾ ਥੋੜਾ ਜਿਹਾ ਸੜਕ ਤੇ ਖੜਾ ਛੋਟਾ ਬ੍ਰਦਰ ਅੰਦਰ ਸੀ, ਬਾਹਰੋਂ ਉਹਨਾਂ ਨੇ ਲੋਕ ਲਾ ਤਾ ਆਪਣੇ ਘਰ ਦਾ ਕੁੰਡਾ ਲਾ ਤਾ। ਕਿੰਨੇ ਚਿਰ ਨੂੰ ਬਾਹਰ ਲੜਾਈ ਦੇ 2 ਮਿੰਟ ਲੱਗੇ ਆ ਉਹਨੂੰ ਬਾਅਦ ਚੋਂ ਤੂੰ ਤੇ ਨਾ ਤੇਰੇ ਸੀ। ਹਾਂਜੀ ਜਦ ਮੈਂ ਦੇਖਿਆ ਮੇਰਾ ਭਰਾ ਗੱਡੀ ਲੈ ਕੇ ਆਇਆ ਬਾਹਰ, ਤਾਂ ਉਹਦੇ ਉਤਰਦਿਆਂ ਹੀ ਕੁਝ ਬੰਦੇ ਸੀਗੇ, ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਸਕੋਰਪੀਓ ਗੱਡੀ ਸੀ ਉਹਨਾਂ ਕੋਲ ਚਿੱਟੇ ਰੰਗ ਦੀ ਜਿਹਦਾ ਨੰਬਰ ਸੀ PV 1134। ਉਹਨਾਂ ਨੇ ਉਤਰਦੇ ਹੀ ਇਹਦੇ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਕੋਈ ਤੇਜ਼ ਤਰਵਾਲ ਹਥਿਆਰ ਵੀ ਸੀ ਉਹਨਾਂ ਨੇ, ਜੋ ਇਹਦੇ ਕਿਰਪਾਨਾਂ ਕਰਪੂਨਾ ਮਾਰੀਆਂ ਗਈਆਂ ਉਹਨਾਂ ਨੇ ਮਾਰੀਆਂ ਵਾਹਵਾ। ਤੇ ਮੈਂ ਹੁਣ ਆਪਦਾ ਭਰਾ ਜੀ ਵੇਖਿਆ ਨੀ, ਕਿੰਨੇ ਵਜੇ ਘਟਨਾ ਜੀ? ਇਹਨੂੰ 10-15 ਮਿੰਟ ਪਹਿਲਾਂ ਦੀ ਹੋਈ। ਕੋਈ ਇੱਥੇ ਫੋਰਸ ਇੱਥੇ ਕੋਈ ਆਈ ਮੁਲਾਜ਼ਮ ਕੋਈ ਇੱਥੇ? ਕੋਈ ਹਲੇ ਤੱਕ ਨਹੀਂ ਪਹੁੰਚਿਆ, ਮੈਂ ਭੱਜ ਕੇ ਥਾਣੇ ਵੀ ਜਾ ਕੇ ਆ, ਫੋਨ ਵੀ ਕੀਤਾ। ਕਿੰਨੇ ਬੰਦੇ ਸੀ ਉਹ? 10-11 ਬੰਦੇ ਤਾਂ ਬੜੇ ਆਰਾਮ ਨਾਲ ਸੀ। ਸਕੋਰਪੀਓ ਸੀਗੀ। ਕਿਸ ਵਹੀਕਲ ਸੀ ਕਿਹੜਾ ਲੋਕੋ? ਵਹੀਕਲ ਸੀ ਸਕੋਰਪੀਓ ਗੱਡੀ ਚਿੱਟੇ ਰੰਗ ਦੀ, PV 1134 ਨੰਬਰ ਉਹਦਾ ਸੀਗਾ। ਕੋਈ ਰੰਜਿਸ਼ ਕੋਈ ਕੁਛ ਤੁਹਾਡਾ? ਮੇਰਾ ਤਾਂ ਕੋਈ ਰੰਜਿਸ਼ ਨਹੀਂ, ਨਾ ਸਾਡੀ ਕੋਈ ਪਹਿਲਾਂ ਕਿਸੇ ਨਾਲ ਰੰਜਿਸ਼ ਹੈਗੀ ਜੀ। ਉੱਥੇ ਜਦੋਂ ਉੱਥੇ ਬੈਠੇ ਆ ਗਈ ਸਿੱਧੀ ਫਾਇਰਿੰਗ ਕਰਦੀ ਉਹਨਾਂ ਨੂੰ? ਇਹ ਗੱਡੀ ਲੈ ਕੇ ਆਇਆ ਸੀਗਾ, ਗੱਡੀ ਬਾਹਰ ਆਪਣੀ ਬੂਹੇ ਅੱਗੇ ਲਾਈ, ਬਾਜ਼ਾਰ ਕੰਮ ਗਿਆ ਸੀਗਾ ਜੀ। ਤੇ ਗੱਡੀ ਜਦੋਂ ਬੂਹੇ ਅੱਗੇ ਲਾਈ ਤੇ ਇਹਦੇ ਉੱਤਰਦਿਆਂ ਹੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਉਹਨਾਂ ਕੋਲ ਕਿਰਪਾਨਾਂ ਕਰਪੂਨਾ ਸੀਗੇ, ਜਿੰਨੇ ਵੀ ਹਥਿਆਰ ਸੀ ਉਹਨਾਂ ਨੇ ਹਮਲਾ ਸ਼ੁਰੂ ਕਰਤਾ ਜੀ। ਤੇ ਘਰ ਆ ਕੇ ਗਲ ਪਏ ਸਾਡੇ ਬੂਹੇ ਦੇ ਅੱਗੇ ਹੀ ਬਿਲਕੁਲ। ਹੋਰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਵੀ ਇਹਨਾਂ ਦੀ ਜਲਦੀ ਤੋਂ ਜਲਦੀ ਭਾਲ ਕੀਤੀ ਜਾਵੇ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਜੋ ਵੀ ਆ ਤੇ ਸਾਨੂੰ ਮਿਲਦਾ ਇਨਸਾਫ ਦਵਾਇਆ ਜਾਵੇ। ਉਹ ਜਿਹੜੇ ਜਿਹਨਾਂ ਦੇ ਲੱਗੇ ਫਾਇਰ ਉਹ ਤੁਹਾਡੇ ਕੀ ਲੱਗਦੇ? ਮੇਰਾ ਸਕਾ ਭਰਾ ਜੀ। ਕੀ ਨਾਮ ਉਹਨਾਂ ਦਾ? ਕੁਲਵਿੰਦਰ ਸਿੰਘ ਜੀ।